ਹਾਂਜੀ ਕਿਵੇਂ ਹੋ ਸਾਰੇ ਮੈਂ ਮਹਤਾਬ ਸਿੰਘ ਖਹਿਰੇ ਦੀ ਤੇ ਸਖਪਾਲ ਸਿੰਘ ਖਹਿਰੇ ਦੀ ਦੋਵਾਂ ਪਿਓ ਆ ਪੁੱਤਰਾਂ ਦੀ ਇੱਕ ਗੱਲ ਕਰਨ ਲੱਗਾ ਨਾ ਰਾਜਨੀਤੀ ਦੀ ਤੇ ਨਾ ਉਹਨਾਂ ਦੇ ਕੇਸ ਦੀ ਵੀ ਇੱਕ ਗੱਲ ਮੰਨਣੀ ਪਊਗੀ ਵੀ ਜਿੰਨਾ ਪਿਆਰ ਤੇ ਇਤفاق ਇਸ ਟੱਬਰ 'ਚ ਹੈ ਨਾ ਪ੍ਰਮਾਤਮਾ ਐਦਾਂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਹੈ ਨਹੀਂ ਹੁਣ ਕਿਸ ਦੇ ਵਿੱਚ ਆ ਚੀਜ਼ ਬਹੁਤ ਚਿਰ ਪਹਿਲਾਂ ਸੁਣਦੇ ਹੁੰਦੇ ਸੀ ਵੀ ਪਿੰਡ ਵਿੱਚ ਨਾ ਜਿਹੜੇ ਟੱਬਰ ਦਾ ਇਤفاق ਆ ਤੇ ਪਿਆਰ ਆ ਉਤੋਂ ਸਾਰਾ ਪਿੰਡ ਡਰਦਾ ਤੇ ਉਤੋਂ ਦੁਨੀਆ ਚੱਲਦੀ ਸੀ ਉਸ ਟੱਬਰ ਤੋਂ ਪਰ ਇਹਨਾਂ ਬੰਦਿਆਂ ਨੇ ਸਾਫ਼ ਕਰਕੇ ਦਿਖਾਤਾ ਸੰਗਪਾਲ ਸਿੰਘ ਖਹਿਰਾ ਇੱਕ ਸੱਚਾ ਤੇ ਵਧੀਆ ਮੈਨੂੰ ਲੀਡਰ ਲੱਗਾ ਇਸ ਕਰਕੇ ਕਿਉਂਕਿ ਉਹ ਵਧੀਆ ਇੱਕ ਬਾਪ ਵੀ ਆ ਜਦੋਂ ਤੁਸੀਂ ਘਰ 'ਚ ਵਧੀਆ ਸਿੱਖਿਆ ਦਿੰਨੇ ਆ ਵਧੀਆ ਇੱਕ ਪਲੇਟਫਾਰਮ ਤੇ ਚੱਲਦੇ ਆ ਨਾ ਤੁਹਾਡੇ ਬੱਚੇ ਆਟੋਮੈਟਿਕ ਹੀ ਸਭ ਕੋ ਜਿਹੜੇ ਤੁਹਾਡੇ ਨਾਲ ਚੱਲਣ ਲੱਪੈਂਦੇ ਤੇ ਉਸ ਤੋਂ ਬਾਅਦ ਮਹਿਤਾਬ ਖਹਿਰਾ ਆਪਣੇ ਪਿਓ ਪ੍ਰਤੀ ਇੰਨੀ ਮੁਹੱਬਤ ਆ ਇੰਨਾ ਸਾਰਾ ਕੁਝ ਆ ਇਹ ਨਹੀਂ ਹੁਣ ਮਿਲਦਾ ਇਹ ਦੇਖੋ ਤੁਸੀਂ ਐਡੇ ਸ਼ਬਦ ਬੋਲ ਦੇਣੇ ਪੰਜਾਬ ਸਰਕਾਰ ਨਾਲ ਮੌਕੇ ਦੀ ਸਰਕਾਰ ਦੇ ਨਾਲ ਮੱਥਾ ਲਾ ਦੇਣਾ ਇਹ ਕੋਈ ਛੋਟੀਆਂ ਖੇਡਾਂ ਨਹੀਂ ਹੈਗੀਆਂ ਭਾ ਜਿੱਡਾ ਮਰਜੀ ਬੰਦਾ ਕੋਈ ਪਾਵਰਫੁੱਲ ਹੋਵੇ ਪੈਸੇ ਵੱਲੋਂ ਵੀ ਪਰ ਇੱਕ ਸਚਾਈ ਆ ਤੇ ਦੂਜਾ ਟੱਬਰ ਚ ਦਫਾ ਗਿਆ ਜੇ ਤੁਸੀਂ ਆਪਣੇ ਕਰਤ ਜਿੱਦਾਂ ਦੇ ਵੀ ਪਾਉਂਗੇ ਤੁਹਾਡੀ ੜਾਦ ਉਦਾਂ ਦੀ ਨਿਕਲੂਗੀ ਉਦਾਂ ਦੇ ਤੁਹਾਡੇ ਨਾਲ ਵਿਹਾਰ ਕਰੂਗੀ ਚਾਹੇ ਮੈਂ ਆ ਜਾਂ ਕੋਈ ਆ ਜਾਂ ਕੋਈ ਵੀ ਦੁਨੀਆ ਦੇ ਬੰਦਾ ਵਾ ਜੇ ਤੁਸੀਂ ਜਿੱਦਾਂ ਵੀ ਟੰਗ ਨਾ ਚੱਲੋਗੇ ਜਣਾ ਆਰੀ ਨਾ ਫੇਰੋਗੇ ਪਰਿਵਾਰ ਦੇ ਆਪਸ ਜੀ ਜਿਹੜੇ ਆ ਇੱਕ ਦੂਜੇ ਨੂੰ ਵੱਡੋਗੇ ਨਾ ਇੱਕ ਦੂਜੇ ਦਾ ਨੁਕਸਾਨ ਨਾ ਕਰੋਗੇ ਜ਼ਿੰਦਗੀ ਦੇ ਵਿੱਚ ਮਾੜੇ ਫੈਸਲੇ ਨਾ ਲਓਗੇ ਤਾਂ ਕਿ ਪਰਿਵਾਰ ਨੂੰ ਜਿਹੜੇ ਪਰਿਵਾਰਾਂ ਨੂੰ ਨੁਕਸਾਨ ਨਾ ਹੋਵੇ ਤੇ ਉਹ ਪਰਿਵਾਰ ਹਮੇਸ਼ਾ ਤਰੱਕੀ ਕਰਦੇ ਆ ਜਿਨ੍ਹਾਂ ਨੇ ਪਰਿਵਾਰਾਂ ਦੇ ਵਿੱਚ ਬੇਤਵਾਕੀ ਪਈ ਆ ਪਰਿਵਾਰਾਂ ਦੇ ਅਲਾਜ ਜਿਹੜੀ ਆ ਉਹ ਮਾੜੇ ਫੈਸਲੇ ਬਾਹਰੇ ਹੋ ਕੇ ਲੈਂਦੀ ਆ ਤੇ ਜਿੱਥੇ ਮਾਪੇ ਬਾਬ ਜਿਹੜਾ ਵਾ ਉਹ ਫਸ ਕੇ ਰਹਿ ਜਾਂਦਾ ਵਾ ਉਥੇ ਆਹ ਕੁਝ ਚੱਲਦਾ ਫਿਰ ਉਥੇ ਨੁਕਸਾਨ ਹੁੰਦੇ ਆ ਪਰ ਸਖਪਾਲ ਸਿੰਘ ਖੈਰੇ ਦੀ ਮੈਂ ਗੱਲ ਦੇਖ ਕੇ ਹੈਰਾਨ ਆ ਐਦਾਂ ਦਾ ਇਤਫਾਕ ਜਾਂ ਟੱਬਰ ਦੇ ਵਿੱਚ ਤੇ ਉਹ ਮੰਦਰਿਆ ਤੇ ਪੁੱਤ ਜੂਝਣ ਡਿਆ ਵਾ ਠੀਕ ਆ ਨਾ ਇਹ ਦੇਖੋ ਜੇ ਉਹਨਾਂ ਦੇ ਘਰ ਚ ਦਫਾ ਗਿਆ ਤੇ ਮੇਰੇ ਹਿਸਾਬ ਨਾਲ ਪੰਜਾਬ ਦਾ ਹਰ ਇੱਕ ਚੰਗਾ ਬੰਦਾ ਉਹਨਾਂ ਦੇ ਨਾਲ ਖੜਾ ਇਹ ਵੀ ਚੀਜ਼ ਨੋਟ ਕਰਿਓ ਕਲਿਸ਼ਖਪਾਲ ਸਿੰਘ ਖੇਰੇ ਦੀ ਇਹ ਨਾ ਨੋਟ ਕਰਿਓ ਕਿ ਕੇਸ ਚ ਮਾੜਾ ਆ ਕਿ ਚੰਗਾ ਸੱਚਾ ਕਿ ਝੂਠਾ ਵਾ ਪਰ ਉਹਦੇ ਪਰਿਵਾਰ ਦਾ ਸਟੈਂਡ ਦੇਖੋ ਆਓ ਸਿੱਖਿਏ ਸਾਰੇ ਜਣੇ ਆਪਣੇ ਬੱਚਿਆਂ ਨੂੰ ਇੱਕ ਚੰਗੀ ਸਿੱਖਿਆ ਦਈਏ ਪਰਿਵਾਰਾਂ ਦੇ ਵਿੱਚ ਇੱਕ ਵਧੀਆ ਜਿਹੜੀ ਜਨਾ ਚੀਜ਼ ਪੈਦਾ ਕਰਕੇ ਦਿਖਾਈਏ ਕਿ ਜਿਹੜੇ ਪਰਿਵਾਰ ਆਸੂ ਟੁੱਟਣ ਤੇ ਸਾਡਾ ਬੱਚਿਆਂ ਦਾ ਵੀ ਫਰਜ਼ ਬਣਦਾ ਕਿ ਇਹੋ ਜਿਹੇ ਫੈਸਲੇ ਜ਼ਿੰਦਗੀ ਚ ਲਈਏ ਚੰਗੇ ਲਈਏ ਜਿਹੜੇ ਪਰਿਵਾਰਾਂ ਦੇ ਹਿੱਤ ਵਿੱਚ ਹੋਣ ਤੇ ਪਰਿਵਾਰ ਚੜ੍ਹਦੀ ਕਲਾ ਚ ਰਹਿਣ ਰੱਬ ਰੱਖਾ ਵੀਡੀਓ ਜਰੂਰ ਦੇਖਿਓ ਮਹਤਾਬ ਖੈਰ ਦੇ ਸ਼ਬਦ ਸੁਣਿਓ ਤੁਹਾਨੂੰ ਪਤਾ ਲੱਗ ਜੂਗਾ